ਲੋਕ ਅਕਸਰ ਕਾਰ ਚਲਾਉਣਾ ਤਾਂ ਸਿੱਖ ਲੈਂਦੇ ਨੇ ਪਰ ਕਈ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਤੇ ਉਹ ਧਿਆਨ ਨਹੀਂ ਦਿੰਦੇ ਅਤੇ ਅਚਾਨਕ ਕਿਸੇ ਸਥਿਤੀ ਦੇ ਵਿੱਚ ਗਲਤੀ ਕਰ ਬੈਠਦੇ ਨੇ। ਅੱਜ ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਪਰ ਬਹੁਤ ਅਹਿਮ ਗੱਲ ਦੱਸਣ ਜਾ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਐਮਰਜੈਂਸੀ ਸਥਿਤੀਆਂ ਦੇ ਵਿੱਚ ਆਪਣੇ ਹੈਂਡ ਬ੍ਰੇਕ ਦੀ ਵਰਤੋਂ ਕਿਵੇਂ ਕਰਨੀ ਹੈ। ਸਿਰਫ ਇੰਨੀ ਜਾਣਕਾਰੀ ਸੜਕ ਤੇ ਸੁਰੱਖਿਆ ਦੇ ਲਈ ਮਹੱਤਵਪੂਰਨ ਹੋ ਸਕਦੀ ਹੈ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਜਿੱਥੇ ਕਿ ਤੁਹਾਡੀਆਂ ਅਗਰ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤਾਂ ਤੁਹਾਨੂੰ ਅਚਾਨਕ ਰੁਕਣਾ ਪੈਂਦਾ ਹੈ ਤਾਂ ਹੈਂਡ ਬ੍ਰੇਕ ਜਾਨ ਬਚਾਉਣ ਵਾਲੇ ਸਾਧਨ ਦੇ ਵਜੋਂ ਕੰਮ ਕਰ ਸਕਦੀ ਹੈ। ਇਹ ਤੁਹਾਡੀ ਕਾਰ ਨੂੰ ਰੋਲਿੰਗ ਜਾਂ ਫਿਰ ਫਿਸਲਣ ਤੋਂ ਰੋਕਣ ਦੇ ਵਿੱਚ ਮਦਦ ਕਰ ਸਕਦੀ ਹੈ, ਜਿਸ ਦੇ ਨਾਲ ਤੁਸੀਂ ਸਥਿਤੀ ਨੂੰ ਬਿਹਤਰ ਤਰੀਕੇ ਦੇ ਨਾਲ ਸੰਭਾਲ ਸਕਦੇ ਹੋ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੈਂਡ ਬ੍ਰੇਕ ਦੀ ਵਰਤੋਂ ਕਰਨ ਦਾ ਅਭਿਆਸ ਰੱਖੋ ਤਾਂ ਜੋ ਐਮਰਜੈਂਸੀ ਦੇ ਵਿੱਚ ਉਸਦੀ ਵਰਤੋਂ ਕਰਨ ਸਮੇਂ ਤੁਹਾਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਤੁਸੀਂ ਜਾਣਦੇ ਹੋ ਕਿ ਇਸ ਨੂੰ ਕਦੋਂ ਅਤੇ ਕਿਵੇਂ ਸਹੀ ਢੰਗ ਦੇ ਨਾਲ ਵਰਤਣਾ ਹੈ ਤਾਂ ਇਹ ਤੁਹਾਡੇ ਨਾਲ ਹੋਰ ਲੋਕਾਂ ਦੀ ਵੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਇਸ ਦੇ ਲਈ ਸੜਕ ਤੇ ਸੰਕਟ ਦੀ ਸਥਿਤੀ ਦੇ ਵਿੱਚ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਹੈਂਡ ਬ੍ਰੇਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਥੇ ਅਸੀਂ ਤੁਹਾਨੂੰ ਅਜਿਹੀ ਸਥਿਤੀ ਦੇ ਵਿੱਚ ਹੈਂਡ ਬ੍ਰੇਕ ਦੀ ਵਰਤੋਂ ਕਰਨ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਅੰਦਾਜ਼ੀਏ ਕਿ ਹੈਂਡ ਬ੍ਰੇਕ ਦੇ ਦੋ ਮੁੱਖ ਕੰਮ ਕਰਦੀ ਹੈ। ਇਹ ਪਾਰਕ ਕੀਤੇ ਵਾਹਨ ਨੂੰ ਸਥਿਰ ਰੱਖਦੀ ਹੈ ਅਤੇ ਮੁੱਖ ਬ੍ਰੇਕਿੰਗ ਸਿਸਟਮ ਦੇ ਵਿੱਚ ਖਰਾਬੀ ਦੀ ਸਥਿਤੀ ਦੇ ਵਿੱਚ ਐਮਰਜੈਂਸੀ ਬ੍ਰੇਕ ਦਾ ਵੀ ਕੰਮ ਕਰਦੀ ਹੈ। ਸੋ ਹੈਂਡ ਬ੍ਰੇਕ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ? ਹੈਂਡ ਬ੍ਰੇਕ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਬਿਲਕੁਲ ਜ਼ਰੂਰੀ ਹੋਵੇ। ਇਸ ਨੂੰ ਤੇਜ਼ ਰਫ਼ਤਾਰ ਵਿੱਚ ਚੱਲਦੇ ਸਮੇਂ ਵਰਤਣ ਦੇ ਨਾਲ ਪਿਛਲੇ ਪਹੀਏ ਲੌਕ ਹੋ ਸਕਦੇ ਨੇ, ਜਿਸ ਦੇ ਨਾਲ ਨਿਯੰਤਰਣ ਦਾ ਨੁਕਸਾਨ ਹੋ ਸਕਦਾ ਹੈ। ਇਹ ਘੱਟ ਗਤੀ ਤੇ ਜਾਂ ਫਿਰ ਵਾਹਨ ਦੇ ਸਥਿਰ ਹੋਣ ਤੇ ਸਭ ਤੋਂ ਵਧੀਆ ਵਰਤੀ ਜਾਂਦੀ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਅਜਿਹੀ ਸਥਿਤੀ ਦੇ ਵਿੱਚ ਪਾਉਂਦੇ ਹੋ ਜਿੱਥੇ ਕਿ ਤੁਹਾਡੇ ਪ੍ਰਾਇਮਰੀ ਬ੍ਰੇਕ ਕੰਮ ਨਹੀਂ ਕਰ ਰਹੇ ਤਾਂ ਸ਼ਾਂਤ ਰਹੋ। ਜੇਕਰ ਤੁਹਾਡੀ ਕਾਰ ਦੇ ਵਿੱਚ ਇਲੈਕਟ੍ਰੋਨਿਕ ਸਿਸਟਮ ਹੈ ਤਾਂ ਹੈਂਡ ਬ੍ਰੇਕ ਲੀਵਰ ਨੂੰ ਹੌਲੀ ਹੌਲੀ ਖਿੱਚੋ ਅਤੇ ਹੈਂਡ ਬ੍ਰੇਕ ਬਟਨ ਦਬਾਓ। ਸੋ ਹੈਂਡ ਬ੍ਰੇਕ ਦੀ ਵਰਤੋਂ ਕਰਨ ਦੇ ਕਦਮ ਕੀ ਨੇ ਉਹਨਾਂ ਬਾਰੇ ਜਾਣੋ। ਸੋ ਸਭ ਤੋਂ ਪਹਿਲਾਂ ਹੈਂਡ ਬ੍ਰੇਕ ਲੀਵਰ ਨੂੰ ਮਜ਼ਬੂਤੀ ਦੇ ਨਾਲ ਫੜੋ। ਜੇਕਰ ਤੁਹਾਡੀ ਕਾਰ ਦੇ ਵਿੱਚ ਇਲੈਕਟ੍ਰੋਨਿਕ ਹੈਂਡ ਬ੍ਰੇਕ ਹੈ ਤਾਂ ਬਟਨ ਲੱਭੋ, ਅੱਗੇ ਹੌਲੀ ਹੌਲੀ ਅਤੇ ਲਗਾਤਾਰ ਲੀਵਰ ਨੂੰ ਖਿੱਚੋ ਜਾਂ ਫਿਰ ਬਟਨ ਦਬਾਓ। ਇਸ ਨੂੰ ਅਚਾਨਕ ਨਾ ਖਿੱਚੋ। ਜਦੋਂ ਤੁਸੀਂ ਹੈਂਡ ਬ੍ਰੇਕ ਲਗਾਉਂਦੇ ਹੋ ਤਾਂ ਆਪਣੀਆਂ ਅੱਖਾਂ ਸੜਕ ਤੇ ਰੱਖੋ ਅਤੇ ਹੌਲੀ ਹੌਲੀ ਸਟੀਅਰ ਕਰੋ। ਇਸ ਨਾਲ ਵਾਹਨ ਤੇ ਕੰਟਰੋਲ ਬਣਾਈ ਰੱਖਣ ਦੇ ਵਿੱਚ ਕਾਫੀ ਮਦਦ ਮਿਲਦੀ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕਾਰ ਫਿਸਲਣ ਲੱਗੀ ਹੈ ਤਾਂ ਹੈਂਡ ਬ੍ਰੇਕ ਨੂੰ ਥੋੜਾ ਜਿਹਾ ਢਿੱਲਾ ਛੱਡ ਦਿਓ। ਸੋ ਐਮਰਜੈਂਸੀ ਤੋਂ ਬਾਅਦ ਇਹ ਕੰਮ ਜ਼ਰੂਰ ਕਰੋ। ਸੋ ਇੱਕ ਵਾਰ ਜਦੋਂ ਤੁਸੀਂ ਸੁਰੱਖਿਅਤ ਢੰਗ ਦੇ ਨਾਲ ਰੁਕ ਜਾਂਦੇ ਹੋ ਤਾਂ ਆਪਣੀਆਂ ਹੈਜ਼ਾਰਡ ਲਾਈਟਾਂ ਨੂੰ ਚਾਲੂ ਕਰ ਸਕਦੇ ਹੋ। ਸੋ ਇਹ ਦੂਜੇ ਡਰਾਈਵਰਾਂ ਨੂੰ ਤੁਹਾਡੀ ਸਥਿਤੀ ਬਾਰੇ ਜਾਣੂ ਕਰਵਾਏਗਾ। ਜੇ ਸੰਭਵ ਹੋਵੇ ਤਾਂ ਆਪਣੇ ਵਾਹਨ ਨੂੰ ਟ੍ਰੈਫਿਕ ਤੋਂ ਦੂਰ ਕਿਸੇ ਸੁਰੱਖਿਅਤ ਸਥਾਨ ਤੇ ਲੈ ਜਾਓ। ਐਮਰਜੈਂਸੀ ਦੇ ਵਿੱਚ ਹੈਂਡ ਬ੍ਰੇਕ ਦੀ ਵਰਤੋਂ ਕਰਨ ਤੋਂ ਬਾਅਦ ਇੱਕ ਪੇਸ਼ੇਵਰ ਮਕੈਨਿਕ ਦੁਆਰਾ ਆਪਣੀ ਕਾਰ ਦੀ ਜਾਂਚ ਜ਼ਰੂਰ ਕਰਵਾਓ। ਇਹ ਯਕੀਨੀ ਬਣਾਏਗਾ ਕਿ ਤੁਹਾਡੇ ਬ੍ਰੇਕਿੰਗ ਸਿਸਟਮ ਜਾਂ ਫਿਰ ਹੋਰ ਹਿੱਸਿਆਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ।